ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਮਖੂ ਤਹਿ ਦਿਲ ਤੋਂ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਕੁਝ ਕੌੜੇ ਸੱਚ ਵਿੱਚ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ, ਅਸੀਂ ਹਰ ਵਾਰ ਕਿਸੇ ਉੱਘੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਦੇ ਹਾਂ। ਅੱਜ ਸਾਡੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਸਾਡੇ ਵਿਹੜੇ ਦੇ ਵਿੱਚ ਪਹੁੰਚੇ ਨੇ ਉੱਘੇ ਪੰਥ ਦੇ ਕੀਰਤਨੀਏ ਭਾਈ ਕਰਮਜੀਤ ਸਿੰਘ ਜੀ, ਨਿਮਾਣਾ ਪਟਿਆਲੇ ਤੋਂ। ਤਿੰਨਾਂ ਦੇ ਨਾਲ ਵਿਸਾਖੀ ਦੇ ਸੰਬੰਧ ਦੇ ਵਿੱਚ ਡੂੰਘੀਆਂ ਵਿਚਾਰਾਂ ਕਰਾਂਗੇ ਔਰ ਮੈਂ ਆਸ ਕਰਾਂਗਾ ਤੁਸੀਂ ਰੱਜ ਕੇ ਲਾਹਾ ਲਓਗੇ। ਆਓ, ਸਭ ਤੋਂ ਪਹਿਲਾਂ ਸਰਦਾਰ ਕਰਮਜੀਤ ਸਿੰਘ ਨਿਮਾਣਾ ਜੀ ਦਾ ਆਪਣੇ ਸਟੂਡੀਓ ਵਿੱਚ ਆਉਣ ਲਈ ਤਹਿ ਦਿਲ ਤੋਂ ਸਵਾਗਤ ਕੀਤਾ ਜਾਂਦਾ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ ਦੱਸੋ ਕਿ ਵਿਸਾਖੀ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਸਿੱਖ ਪੰਥ ਵਿੱਚ? ਬਹੁਤ ਇੰਪੋਰਟੈਂਟ ਮੱਖੂ ਸਾਹਿਬ ਸਵਾਲ ਕੀਤਾ ਆਪ ਜੀ ਨੇ, ਬਹੁਤ ਵਧੀਆ ਸਵਾਲ ਕੀਤਾ। ਭਾਈ ਕਾਨ ਸਿੰਘ ਜੀ, ਉਹਨਾਂ ਦਾ ਮਹਾਨ ਕੋਸ਼ ਗੁਰੂ ਅਮਰਦਾਸ ਪਾਤਸ਼ਾਹ ਜੀ ਸਮੇਂ ਭਾਈ ਪਾਰੋ ਜੀ ਹੋਏ ਨੇ ਜੀ। ਭਾਈ ਪਾਰੋ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਤੋਂ ਜੀ ਆਗਿਆ ਲੈ ਕੇ ਜੀ ਇਹ ਵਿਸਾਖੀ ਪੁਰਬ ਦੀ ਆਰੰਭਤਾ ਕੀਤੀ। ਕੀ ਬਾਤ ਹੈ! ਕਿਉਂ, ਇਹ ਜਿਹੜੀ ਰੁੱਤ ਹੁੰਦੀ ਹੈ ਵਿਸਾਖੀ ਦੇ, ਬੜੀ ਮਿੱਠੀ ਜਿਹੀ ਰੁੱਤ ਹੁੰਦੀ ਹੈ, ਨਾ ਬਹੁਤੀ ਗਰਮੀ ਹੁੰਦੀ ਹੈ ਨਾ ਬਹੁਤੀ ਸਰਦੀ ਹੁੰਦੀ ਹੈ ਜੀ ਜੀ ਜੀ। ਅਤੇ ਉਹਦੇ ਵਿੱਚ ਸੰਗਤਾਂ ਵੀ ਚੰਗੀਆਂ ਲਾਹ ਲੈਂਦੀਆਂ ਨੇ ਵਿਸਾਖੀ ਪੁਰਬ ਦੇ ਵਿੱਚ ਆਣ ਕੇ। ਹਾਂ, ਬਹੁਤੀ ਗਰਮੀ ਹੋਵੇ ਤਾਂ ਵੀ ਆਨੰਦ ਨਹੀਂ ਆਉਂਦਾ, ਬਹੁਤੀ ਠੰਡ ਦੇ ਵਿੱਚ ਵੀ ਉਹ ਆਨੰਦ ਨਹੀਂ ਬਣਦਾ। ਬਿਲਕੁਲ ਬਿਲਕੁਲ ਬਿਲਕੁਲ। ਇਹ ਸਤਿਗੁਰੂ ਜੀ ਦੀ ਬਖਸ਼ਿਸ਼ ਭਾਈ ਪਾਰੋ ਜੀ ਤੋਂ ਜੀ, ਗੁਰੂ ਅਮਰਦਾਸ ਪਾਤਸ਼ਾਹ ਜੀ ਤੋਂ ਆਰੰਭਤਾ ਲੈ ਕੇ ਇਹ ਵਿਸਾਖੀ ਪੁਰਬ ਸ਼ੁਰੂ ਕੀਤਾ ਗਿਆ। ਕੀ ਬਾਤ ਹੈ! ਬਾਕੀ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਵੀ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ 1699 ਦੀ ਵਿਸਾਖੀ ਨੂੰ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਦੇ ਨਾਲ ਗੁਰਸੰਗਤਾਂ ਨੂੰ ਇਕੱਠ ਦੇ ਵਿੱਚੋਂ ਸੰਬੋਧਨ ਕਰਦਿਆਂ ਹੋਇਆਂ ਸਤਿਗੁਰੂ ਜੀ ਨੇ ਇਹ ਖੰਡੇ ਬਾਟੇ ਦੀ ਜੋ ਪੌਲ ਜਿਹੜੀ ਹੈ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਆਰੰਭਤਾ ਕੀਤੀ। ਜੀ ਜੀ ਜੀ, ਬਹੁਤ ਪਿਆਰਾ ਤੁਸੀਂ ਜਵਾਬ ਦਿੱਤਾ ਹੈ। ਸੋ ਦੇਸ਼ ਵਿਦੇਸ਼ ਦੇ ਦਰਸ਼ਕੋ, ਸਾਡੇ ਲੋਕਾਂ ਨੂੰ ਸ਼ਾਇਦ ਇੱਥੋਂ ਤੱਕ ਦਾ ਇਤਿਹਾਸ ਤਾਂ ਪਤਾ ਹੈ ਕਿ 16 ਅਪ੍ਰੈਲ ਨੂੰ ਧੰਨ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਇੱਕ ਵਿਸ਼ਾਲ ਇਕੱਠ ਦੇ ਵਿੱਚ ਖੰਡੇ ਬਾਟੇ ਦੀ ਪਾਹੁਲ ਬਖਸ਼ੀ ਹੈ। ਪਰ ਬਹੁਤਿਆਂ ਨੂੰ ਨਹੀਂ ਪਤਾ ਕਿ ਵਿਸਾਖੀ ਦਾ ਸੰਬੰਧ ਮੇਰੇ ਗੁਰੂ ਨਾਨਕ ਸਾਹਿਬ ਤੋਂ ਚੱਲਦਾ ਅਤੇ ਅੱਗੇ ਦੀ ਅੱਗੇ ਆਉਂਦਾ। ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕੋਲੋਂ ਭਾਈ ਪਾਰੋ ਜੀ ਡੱਲਾ ਨਿਵਾਸੀ ਪਰਮਹੰਸ ਦਾ ਜਿਨ੍ਹਾਂ ਨੂੰ ਖਿਤਾਬ ਮਿਲਿਆ, ਤਿਨ੍ਹਾਂ ਨੇ ਮੇਰੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕੋ ਆਗਿਆ ਲੈ ਕੇ ਵੀ ਸਤਿਗੁਰੂ ਰੁੱਤ ਵੀ ਬੜੀ ਠੰਡੀ ਹੈ ਅਤੇ ਵਿਸਾਖੀ ਦੇ ਨਾਲ ਆਦਿ ਗੁਰੂ ਪਾਤਸ਼ਾਹ ਜੀ ਦਾ ਵੀ ਸੰਬੰਧ ਜੁੜਦਾ ਹੈ ਅਤੇ ਕਿਉਂ ਨਾ ਆਪਾਂ ਇਸ ਦਿਨ ਗੁਰੂ ਘਰ ਦੇ ਵਿੱਚ ਕੋਈ ਜੋੜ ਮੇਲਾ ਕਰੀਏ ਅਤੇ ਸੰਗਤ ਇਕੱਤਰ ਹੁੰਦੀ ਰਹੀ। ਬਾਖੂਬੀ ਭਾਈ ਸਾਹਿਬ ਜੀ, ਤੁਸੀਂ ਜਵਾਬ ਦਿੱਤਾ ਹੈ। ਪਰ ਹੁਣ ਆਪਾਂ ਅਨੰਦਪੁਰ ਸਾਹਿਬ ਦੀ ਧਰਤੀ ਦੀ ਗੱਲ ਕਰਦੇ ਹਾਂ ਜਿੱਥੋਂ ਤੁਸੀਂ 1699 ਦੀ ਵਿਸਾਖੀ ਦਾ ਜ਼ਿਕਰ ਕੀਤਾ ਹੈ ਜੀ ਜੀ, ਫਿਰ ਅਨੰਦਪੁਰ ਸਾਹਿਬ ਦੀ ਧਰਤੀ ਦਾ ਪੂਰਾ ਦ੍ਰਿਸ਼ ਸਾਡੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ ਦੱਸੋ ਵੀ ਮੇਰੇ ਮਾਲਕ ਨੇ ਐਡੇ ਵੱਡੇ ਇਕੱਠ ਦੇ ਅੰਦਰ ਕਿਵੇਂ ਸੀਸ ਦੀ ਮੰਗ ਕੀਤੀ ਹੈ? ਬੜਾ ਅੱਛਾ ਸਵਾਲ ਵੀ ਆਪ ਜੀ ਨੇ ਕੀਤਾ ਜੀ। ਸਤਿਗੁਰੂ ਜੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਹੁਤ ਵੱਡੇ ਇਕੱਠ ਦੇ ਵਿੱਚ ਸਤਿਗੁਰੂ ਜੀ ਨੇ ਪਹਿਲਾਂ ਮੰਗ ਕੀਤੀ ਪਹਿਲੇ ਸੀਸ ਦੀ, ਕੋਈ ਸੀਸ ਚਾਹੀਦਾ ਬਈ। ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼, ਰਹਿਮਤ ਹੋਈ ਭਾਈ ਦਇਆ ਰਾਮ ਜੀ 'ਤੇ। ਅੱਛਾ ਜੀ। ਭਾਈ ਦਇਆ ਰਾਮ ਜੀ ਨੇ ਹੱਥ ਖੜਾ ਕੀਤਾ ਪੰਡਾਲ ਦੇ ਵਿੱਚੋਂ, ਸਤਿਗੁਰੂ ਜੀ ਨੂੰ ਕਹਿਣ ਲੱਗੇ ਇਹ ਸੀਸ ਆਪ ਜੀ ਦੇ ਚਰਨਾਂ ਦੇ ਵਿੱਚ ਅਰਪਣ ਹੈ। ਕੀ ਬਾਤ ਹੈ! ਸਤਿਗੁਰੂ ਜੀ ਨੇ ਭਾਈ ਦਇਆ ਸਿੰਘ ਦਇਆ ਰਾਮ ਜੀ ਨੂੰ ਆਪਣੇ ਨਾਲ ਲਿਆ, ਤੰਬੂ ਵਿੱਚ ਲੈ ਗਏ ਜੀ। ਸਤਿਗੁਰੂ ਜੀ ਨੇ ਸੀਸ ਲਿਆ, ਫਿਰ ਬਾਹਰ ਆਏ ਸਤਿਗੁਰੂ ਜੀ, ਫਿਰ ਕਹਿਣ ਲੱਗੇ ਸਾਨੂੰ ਦੂਸਰੇ ਸੀਸ ਦੀ ਲੋੜ ਹੈ ਜੀ। ਇਸੇ ਤਰ੍ਹਾਂ ਸਤਿਗੁਰੂ ਜੀ ਨੇ 5 ਸੀਸ ਵਾਰੀ ਵਾਰੀ ਸਤਿਗੁਰੂ ਜੀ ਨੇ ਤੰਬੂ 'ਚ ਲਿਜਾ ਕੇ ਕੀ ਕੌਤਕ ਕੀਤਾ ਇਹ ਸੰਗਤ ਨੂੰ ਵੀ ਪਤਾ ਹੈ। ਗੁਰਸੰਗਤ ਦੀ ਬਹੁਤ ਵੱਡੀ ਸੋਝੀ ਹੈ ਗੁਰਸੰਗਤ ਨੂੰ ਜੀ, ਸਾਨੂੰ ਸਾਰਿਆਂ ਨੂੰ ਪਤਾ ਇਸ ਬਾਰੇ। ਪਰ ਸਤਿਗੁਰੂ ਜੀ ਨੇ ਉੱਥੇ ਫਿਰ ਖੰਡੇ ਬਾਟੇ ਦੀ ਅੰਮ੍ਰਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਿਆਰ ਕੀਤੀ ਜੀ, ਜਿਹੜੀ ਉਹ ਪ੍ਰਚਲਿਤ 1699 ਦੀ ਵਿਸਾਖੀ ਜਦੋਂ ਆਪਾਂ ਕਹਿੰਦੇ ਹਾਂ, ਸਤਿਗੁਰੂ ਜੀ ਨੇ ਪਹਿਲੀ ਅੰਮ੍ਰਿਤ ਦੀ ਦਾਤ ਉਸ ਪਾਵਨ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਿਆਰ ਕਰਕੇ ਆਪਣੇ ਸਿੱਖਾਂ ਨੂੰ ਪਹਿਲੀ ਪੌਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਜੀ ਨੂੰ ਬਖਸ਼ਿਆ। ਕੀ ਬਾਤ ਹੈ! ਉਸ ਤੋਂ ਬਾਅਦ ਸਤਿਗੁਰੂ ਜੀ ਸਵਾਲ ਕਰਨ ਲੱਗੇ, ਕਹਿਣ ਲੱਗੇ ਦਇਆ ਸਿੰਘ ਜੀ, ਸਾਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰ ਦਿਓ ਜੀ।
ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਸਾਹਿਬਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਸਵਾਲ ਕਰ ਦਿੱਤਾ, ਕਹਿਣ ਲੱਗੇ ਸਤਿਗੁਰੂ ਜੀ ਆਪ ਜੀ ਨੇ ਸਾਡੇ ਕੋਲੋਂ ਇੱਕ ਇੱਕ ਸੀਸ ਲਿਆ ਜੀ, ਪੰਜ ਸੀਸ ਆਪ ਜੀ ਨੇ ਲਏ ਨੇ ਅਤੇ ਆਪ ਜੀ ਕੀ ਭੇਟਾ ਕਰੋਗੇ ਸਾਨੂੰ, ਆਪ ਜੀ ਅੰਮ੍ਰਿਤ ਦੀ ਦਾਤ ਮੰਗ ਰਹੇ ਹੋ। ਸਾਹਿਬਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਦਇਆ ਸਿੰਘ ਜੀ ਉਹ ਤੁਸੀਂ ਅੰਮ੍ਰਿਤ ਦੀ ਦਾਤ ਲੈ ਕੇ ਤੁਹਾਡੀ ਉਹ ਅੰਮ੍ਰਿਤ ਦੀ ਬੂੰਦ ਤੁਹਾਡੇ ਮੁੱਖ ਵਿੱਚ ਗਈ, ਤੁਹਾਡਾ ਇਤਨਾ ਜੀਵਨ ਬਦਲ ਗਿਆ, ਅੱਜ ਤੁਸੀਂ ਸਾਡੇ ਕੋਲੋਂ ਮੰਗ ਕਰ ਰਹੇ ਹੋ। ਕੀ ਬਾਤ ਹੈ। ਕਹਿਣ ਲੱਗੇ ਹਾਂ ਸਤਿਗੁਰੂ ਜੀ ਆਪ ਜੀ ਨੇ ਸੀਸ ਲਿਆ ਸੀ ਅਤੇ ਆਪ ਜੀ ਕੀ ਭੇਟਾ ਦੇ ਰਹੇ ਹੋ। ਭਾਈ ਦਇਆ ਸਿੰਘ ਜੀ ਦੀ ਗੱਲ ਤੋਂ ਸਾਹਿਬਗੁਰੂ ਕਲਗੀਧਰ ਪਾਤਸ਼ਾਹ ਖੁਸ਼ ਹੋ ਕੇ ਕਹਿਣ ਲੱਗੇ ਉਹ ਸਿੱਖਾ ਤੂੰ ਇੱਕ ਸੀਸ ਦਿੱਤਾ, ਅਸੀਂ ਸਾਰਾ ਸਰਬੰਸ ਸਿੱਖੀ ਤੋਂ ਵਾਰ ਦਿਆਂਗੇ। ਕੀ ਬਾਤ ਹੈ। ਕਿਸੇ ਕਮਾਲ ਦੀ ਗੱਲ ਸਾਹਿਬਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕੀਤੀ ਔਰ ਸਾਰਿਆਂ ਨੂੰ ਪਤਾ ਹੈ ਸਾਰਾ ਸਰਬੰਸ ਸਿੱਖੀ ਤੋਂ ਸਤਿਗੁਰੂ ਜੀ ਨੇ ਵਾਰ ਦਿੱਤਾ। ਸੋ ਦੇਸ਼ ਵਿਦੇਸ਼ ਦੇ ਦਰਸ਼ਕੋ ਇਹਦੇ ਵਿੱਚ ਗੱਲ ਹੋਰ ਬੜੀ ਐਡ ਕਰਨ ਵਾਲੀ ਹੈ। ਜੇ ਦੇਖਿਆ ਜਾਵੇ ਤਾਂ ਦੁਨੀਆ ਕਹਿੰਦੀ ਹੈ ਕਿ ਅੰਮ੍ਰਿਤ ਦੀ ਦਾਤ ਦਿੱਤੀ ਜਾਂ ਖੰਡੇ ਬਾਟੇ ਦੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁਲ ਦਿੱਤੀ, ਪਰ ਕਿਤੇ ਨਾ ਕਿਤੇ ਸਾਨੂੰ ਐਸਾ ਲੱਗਦਾ ਕਿ ਇਹ ਬੜਾ ਵੱਡਾ ਇੱਕ ਦੂਸਰਾ ਸ਼ੂਦਰ ਇਨਕਲਾਬ ਸੀ। ਜਿਨ੍ਹਾਂ ਨੂੰ ਮੰਦਰ ਵਿੱਚ ਜਾਣ ਦਾ ਅਧਿਕਾਰ ਨਹੀਂ ਸੀ, ਜਿਨ੍ਹਾਂ ਨੂੰ ਆਪਣੇ ਕੋਲ ਲੋਹਾ ਰੱਖਣ ਦਾ ਅਧਿਕਾਰ ਨਹੀਂ ਸੀ, ਮੇਰੇ ਮਾਲਕ ਨੇ ਉਹਨਾਂ ਦੇ ਹੱਥ ਵਿੱਚ 3-3 ਫੁੱਟੀਆਂ ਤੀਗਾਂ ਪਕੜਾ ਦਿੱਤੀਆਂ। ਜਿਨ੍ਹਾਂ ਦੇ ਬਰਤਨ ਵੱਖਰੇ ਹੁੰਦੇ ਸੀ, ਮੇਰੇ ਧੰਨ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਨੇ ਇੱਕ ਬਾਟੇ ਨੂੰ ਉਹਨਾਂ ਸਭ ਦਾ ਮੁੱਖ ਲਵਾ ਦਿੱਤਾ। ਜਿਨ੍ਹਾਂ ਨੂੰ ਸ਼ੂਦਰ ਕਹਿ ਕੇ ਭੰਡਿਆ ਜਾਂਦਾ ਸੀ, ਮੇਰੇ ਮਾਲਕ ਨੇ ਉਹਨਾਂ ਨੂੰ ਆਪਣੇ ਪੁੱਤਰ ਹੋਣ ਦਾ ਖਿਤਾਬ ਤੱਕ ਦੇ ਦਿੱਤਾ। ਜੇ ਦੇਖਿਆ ਜਾਵੇ ਤਾਂ ਮੈਨੂੰ ਕਈ ਵਾਰੀ ਇੰਝ ਸਮਝ ਪੈਂਦੀ ਹੈ ਕਿ ਬੜਾ ਵੱਡਾ ਇਹ ਇਨਕਲਾਬ ਸੀ, ਜਿਨ੍ਹਾਂ ਨੂੰ ਅਨੇਕ ਤਰ੍ਹਾਂ ਦੇ ਨਾਲ ਸ਼ੂਦਰ ਕਹਿਣਾ, ਨੀਚ ਕਹਿਣਾ ਜਾਂ ਐਸੇ ਐਸੇ ਸ਼ਬਦ ਵਰਤਣੇ ਜੋ ਅਸੀਂ ਕੈਮਰੇ ਦੇ ਸਾਹਮਣੇ ਨਹੀਂ ਵਰਤ ਸਕਦੇ, ਮੇਰੇ ਮਾਲਕ ਨੇ ਆਪਣੇ ਪੁੱਤਰ ਹੋਣ ਦਾ ਖਿਤਾਬ ਦਿੱਤਾ ਅਤੇ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਤੁਸੀਂ ਖਾਲਸਾ ਹੋ। ਬੜਾ ਵੱਡਾ ਅਸਲ ਦੇ ਅੰਦਰ ਇਹ ਇਨਕਲਾਬ ਸੀ। ਅੱਛਾ ਭਾਈ ਸਾਹਿਬ, ਇਹਦੇ ਵਿੱਚ ਇੱਕ ਹੋਰ ਆਪਾਂ ਚੀਜ਼ ਐਡ ਕਰੀਏ ਜੀ। ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ ਹਾਂ ਜੀ ਕਿ ਜਿਨ੍ਹਾਂ ਦੇ ਭਾਂਡੇ ਵੀ ਬ੍ਰਾਹਮਣ ਦੇ ਮੁਤਾਬਕ ਵੱਖਰੇ ਹੁੰਦੇ ਸੀ ਜੀ, ਔਰ ਅੱਜ ਵੀ ਤੁਸੀਂ ਦੇਖੋ ਕਈਆਂ ਘਰਾਂ ਦੇ ਵਿੱਚ ਜਿਹੜਾ ਕੰਮ ਕਰਦਾ ਉਹਦਾ ਆਪਣਾ ਗਲਾਸ ਵੱਖਰਾ ਹੁੰਦਾ ਜੀ, ਉਹਦੀ ਆਪਣੀ ਕੌਲੀ ਵੱਖਰੀ ਹੁੰਦੀ ਹੈ ਜੀ, ਜਾਂ ਕੌਲੀ ਤਾਂ ਕਈ ਵਾਰੀ ਹੁੰਦੀ ਨਹੀਂ ਜੀ, ਉਹ ਫੁਲਕੇ ਦੇ ਉੱਪਰ ਉਹਨੂੰ ਸਬਜ਼ੀ ਧਰ ਦਿੱਤੀ ਜਾਂਦੀ ਹੈ, ਹੇਠਲੀ ਰੋਟੀ ਤੋੜੀ ਜਾਂਦਾ ਅਤੇ ਉੱਤੇ ਲਾ ਲਾ ਕੇ ਖਾਈ ਜਾਂਦਾ। ਪਰ ਮੇਰੇ ਧੰਨ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਨੇ ਇੱਕ ਬਾਟੇ ਨੂੰ ਮੁੱਖ ਲਵਾਇਆ, ਜਾਤ ਪਾਤ ਤੋੜ ਦਿੱਤੀ, ਜਿਨ੍ਹਾਂ ਦੇ ਨਾਮ ਦੇ ਨਾਲ ਰਾਮ ਲੱਗਦਾ ਚੰਦ ਲੱਗਦਾ ਖਤਮ ਕਰਕੇ ਸਾਰੇ ਦੇ ਸਾਰੇ ਸਿੰਘ ਸਜਾ ਦਿੱਤੇ। ਇਹ ਤਾਂ ਤੁਸੀਂ ਕੀ ਕਹਿਣਾ ਚਾਹੋਗੇ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦਇਆ ਰਾਮ ਤੋਂ ਦਇਆ ਸਿੰਘ ਸਜਾ ਦਿੱਤਾ ਜੀ, ਉੱਥੇ ਸਤਿਗੁਰੂ ਜੀ ਨੇ ਪਹਿਲਾਂ ਜਾਤ ਪਾਤ ਨੂੰ ਖਤਮ ਕੀਤਾ। ਹਾਂਜੀ। ਪਰ ਅੱਜ ਅਸੀਂ ਜਾਤ ਪਾਤ ਨੂੰ ਫਿਰ ਅਸੀਂ ਅਗਾਂਹ ਤੋਰੀ ਫਿਰਦੇ ਹਾਂ। ਕੀ ਬਾਤ ਹੈ। ਸਾਨੂੰ ਜਾਤ ਪਾਤ ਨੂੰ ਖਤਮ ਕਰਨਾ ਚਾਹੀਦਾ ਜੀ, ਪਰ ਅਸੀਂ ਖਤਮ ਨਹੀਂ ਕਰ ਪਾ ਰਹੇ ਜੀ। ਅੱਜ ਤੁਸੀਂ ਚਲੇ ਜਾਓ, ਇੰਡੀਆ ਦੇ ਵਿੱਚ ਵੀ ਹੈ, ਵਿਦੇਸ਼ਾਂ ਦੇ ਵਿੱਚ ਵੀ ਹੈ ਇਹ ਗੱਲ। ਕਿਤੇ ਲਿਖਿਆ ਰਾਮਗੜੀਆਂ ਦਾ ਗੁਰਦੁਆਰਾ ਜੀ, ਕਿਤੇ ਲਿਖਿਆ ਜੱਟਾਂ ਦਾ ਗੁਰਦੁਆਰਾ ਜੀ, ਕਿਤੇ ਲਿਖਿਆ ਰਵਿਦਾਸੀਆਂ ਦਾ ਗੁਰਦੁਆਰਾ ਜੀ। ਸਾਡੀ ਜਾਤ ਪਾਤ ਕਦੋਂ ਖਤਮ ਹੋਵੇਗੀ, ਸਾਨੂੰ ਕਦੋਂ ਸੋਝੀ ਆਵੇਗੀ? ਪਰ ਸੋਝੀ ਤਾਂ ਸਾਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਦਾਤ ਦੇਣ ਲੱਗਿਆਂ ਹੀ ਬਖਸ਼ਿਸ਼ ਕਰ ਦਿੱਤੀ ਸੀ। ਜਿਹੜਾ ਸਿੱਖ ਹੈ, ਖਾਲਸਾ ਹੈ ਮੇਰਾ, ਉਹ ਜਾਤ ਪਾਤ 'ਚ ਨਹੀਂ ਆਵੇਗਾ ਜੀ। ਜੀ ਜੀ। ਪਰ ਅੱਜ ਅਸੀਂ ਜਾਤ ਪਾਤ ਨੂੰ ਮੁੱਖ ਰੱਖੀ ਫਿਰਦੇ ਹਾਂ। ਸਵਾਲ ਬੜਾ ਤੁਸੀਂ ਵਧੀਆ ਕੀਤਾ ਕਿ ਅਸੀਂ ਸੂਦਰ ਦਾ ਭਾਂਡਾ ਵੱਖਰਾ ਕਰ ਦਿੰਦੇ ਹਾਂ ਜੀ, ਉਸ ਨੂੰ ਕੌਲੀ ਤੱਕ ਨਸੀਬ ਨਹੀਂ ਹੁੰਦੀ ਜੀ। ਪਰ ਅੱਜ ਵੀ ਤੁਸੀਂ ਦੇਖ ਲਓ, ਜਿਨ੍ਹਾਂ ਦੇ ਘਰਾਂ ਦੇ ਵਿੱਚ ਕੰਮ ਕਰਦੀਆਂ ਨੇ ਮੇਡਸ ਵਗੈਰਾ, ਉਹਨਾਂ ਨੂੰ ਪਰਿਵਾਰ ਵਾਲੇ ਵੱਖਰਾ ਹੀ ਉਹਨਾਂ ਦਾ ਬਰਤਨ ਰੱਖਿਆ ਹੁੰਦਾ ਜੀ। ਕਿਆ ਉਹ ਸਰੀਰ ਇਨਸਾਨ ਨਹੀਂ ਹੈ? ਕਿਆ ਬਾਤ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਇਆ ਦੀ ਗੱਲ ਸਭ ਤੋਂ ਪਹਿਲਾਂ ਕੀਤੀ ਅਤੇ ਦਇਆ ਦੀ ਗੱਲ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਸੇ ਦਇਆ ਨੂੰ ਅੱਗੇ ਲੈ ਕੇ ਚੱਲੇ ਜੀ। ਪਰ ਅੱਜ ਅਸੀਂ ਕਿਤੇ ਆਪਣੇ ਮਨ ਅੰਦਰ ਝਾਤੀ ਮਾਰੀਏ ਵੀ ਕਿਸੇ 'ਤੇ ਦਇਆ ਕਰਦੇ ਹਾਂ ਜੀ। ਜੀ ਜੀ ਜੀ, ਬਿਲਕੁਲ ਨਹੀਂ। ਵਿਸ਼ਾ ਤੁਹਾਡਾ ਬਹੁਤ ਵਧੀਆ ਸੀਗਾ ਵੀ ਸੂਦਰ ਕਹਿ ਕੇ ਪੁਕਾਰਿਆ ਜਾਂਦਾ ਸੀਗਾ, ਪਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਉੱਥੇ ਖਤਮ ਕਰ ਦਿੱਤਾ ਸਤਿਗੁਰੂ ਜੀ। ਭਾਂਡੇ ਦਾ ਤਾਂ ਵੱਖਰੇਵਾਂ ਹੈ ਹੀ ਨਹੀਂ, ਜਦੋਂ ਬਾਟਾ ਇੱਕ ਹੋ ਗਿਆ ਫਿਰ ਭਾਂਡੇ ਵੱਖੋ ਵੱਖਰੇ ਕਿਹੜੇ ਰਹਿ ਗਏ? ਕਮਾਲ ਦੀ ਗੱਲ ਹੈ। ਜਦੋਂ ਖਾਲਸਾ ਕਹਿ ਦਿੱਤਾ ਫਿਰ ਜਾਤ ਕਿੱਥੇ ਰਹਿ ਗਈ? ਪਰ ਇਹ ਜਿਹੜੀ ਸਾਡੇ ਅੱਜ ਗੁਰਦੁਆਰਿਆਂ ਦੇ ਨਾਮ ਨਾਲ ਲੱਗੀ ਹੈ, ਸਾਡੇ ਪ੍ਰਧਾਨਾਂ ਦੇ ਨਾਮ ਨਾਲ ਲੱਗੀ ਹੈ, ਇਹਨੂੰ ਫਿਰ ਆਪਾਂ ਕੀ ਕਹਾਂਗੇ, ਅਗਿਆਨਤਾ ਕਹਾਂਗੇ ਜਾਂ ਈਗੋ ਕਹਾਂਗੇ? ਨਹੀਂ, ਅਗਿਆਨਤਾ ਹੀ ਹੈ ਜੀ, ਉਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈਗਾ ਜੀ। ਹੁਣ ਸਾਨੂੰ ਸਮਝਣ ਦੀ ਲੋੜ ਹੈ, ਸਮਾਂ ਬਦਲਦਾ ਜਾ ਰਿਹਾ ਹੈ। ਪਹਿਲਾਂ ਰੇਲ ਗੱਡੀਆਂ ਸੀਗੀਆਂ,
ਗੱਡੇ ਚੱਲਦੇ ਹੁੰਦੇ ਸੀਗੇ, ਹੁਣ ਟ੍ਰੇਨਾਂ ਆ ਗਈਆਂ, ਟ੍ਰੇਨਾਂ ਤੋਂ ਬਾਅਦ ਹਵਾਈ ਜਹਾਜ਼ ਸ਼ੁਰੂ ਹੋ ਗਏ। ਠੀਕ, ਦੁਨੀਆ ਕਿੱਥੇ ਕਿੱਥੇ ਪਹੁੰਚ ਗਈ, ਪਰ ਅੱਜ ਅਸੀਂ ਉਸੇ ਜਗ੍ਹਾ 'ਤੇ ਖਲੋਤੇ ਹਾਂ ਜਾਤ ਪਾਤ ਦੇ। ਜੀ 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 ਜੀ, ਇਹ ਖਤਮ ਹੋਣੀ ਚਾਹੀਦੀ ਹੈ ਮੱਖੂ ਸਾਹਿਬ। ਸੋ ਦੇਸ਼ ਵਿਦੇਸ਼ ਦੇ ਦਰਸ਼ਕੋ, ਅੰਮ੍ਰਿਤ ਛਕਣ ਦੇ ਅਰਥ ਸੀ ਕਿ ਅੱਜ ਮੈਂ ਇੱਕ ਪ੍ਰਣ ਲੈਂਦਾ ਵਾਂ। ਉਹ ਮੇਰਾ ਪ੍ਰਣ ਇਹ ਹੈ ਕਿ ਅੱਜ ਤੋਂ ਬਾਅਦ ਅੰਮ੍ਰਿਤਮਈ ਬਾਣੀ ਦੇ ਮੁਤਾਬਕ ਆਪਣਾ ਜੀਵਨ ਜਿਊਵਾਂਗਾ। ਪਰ ਕੀ ਉਸ ਅੰਮ੍ਰਿਤਮਈ ਬਾਣੀ ਦੇ ਅੰਦਰ ਇਹ ਲਿਖਿਆ ਕਿ ਭਾਂਡੇ ਵੱਖੋ ਵੱਖਰੇ ਹੋਣ? ਕੀ ਉਸ ਅੰਮ੍ਰਿਤ ਬਾਣੀ ਦੇ ਵਿੱਚ ਲਿਖਿਆ ਹੋਇਆ, ਉਸ ਅੰਮ੍ਰਿਤਮਈ ਬਾਣੀ ਦੇ ਅੰਦਰ ਕੀ ਇਹ ਸ਼ਬਦ ਐਸੇ ਹੈ ਨੇ ਕਿ ਜਾਤ ਪਾਤ ਦੇ ਬੰਧਨ ਦੇ ਵਿੱਚ ਬੱਝ ਦਿਓ? ਸੱਚਾਈ ਤਾਂ ਅਸਲ ਦੇ ਅੰਦਰ ਇਹ ਹੈ, ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਤੁਰੇ ਨੇ, ਦੁਨੀਆ ਦੀ ਨਜ਼ਰ ਦੇ ਅੰਦਰ ਮਰਦਾਨਾ ਸ਼ੂਦਰ ਹੈ, ਪਰ ਮੇਰੇ ਗੁਰੂ ਨਾਨਕ ਦੀ ਨਜ਼ਰ ਦੇ ਅੰਦਰ ਉਹ ਰੱਬੀ ਬਾਣੀ ਗਾਉਣ ਵਾਲਾ ਕੀਰਤਨੀ ਆਖ ਹੈ। ਕਿਤੇ ਐਸਾ ਜ਼ਿਕਰ ਨਹੀਂ ਮਿਲਦਾ ਕਿ ਮਰਦਾਨੇ ਦਾ ਭਾਂਡਾ ਵੱਖਰਾ ਰਹਿੰਦਾ, ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਹੈ, ਸੌਂਦਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਹੈ, ਉੱਠਦਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਹੈ, ਅਤੇ ਬਾਣੀ ਵੀ ਮੇਰੇ ਗੁਰੂ ਨਾਨਕ ਸਾਹਿਬ ਜੀ ਦੀ ਗਾ ਰਿਹਾ। ਕਿਤੇ ਐਸਾ ਜ਼ਿਕਰ ਨਹੀਂ ਹੈ। ਜੇ ਗੁਰਬਾਣੀ ਦੀ ਆਪਾਂ ਗੱਲ ਕਰੀਏ ਇਤਿਹਾਸ ਤੋਂ ਉੱਚੇ ਹੋ ਕੇ, ਅਤੇ ਗੁਰਬਾਣੀ ਵਿੱਚ ਵੀ ਲਿਖਿਆ ਹੋਇਆ, ਜਾਣ ਹੋ ਜੋਤ ਨਾ ਪੁੱਛੋ ਹਜਾਤੀ, ਕਿਸੇ ਦੀ ਜਾਤ ਨਾ ਪੁੱਛੋ, ਸਭਨਾਂ ਦੇ ਅੰਦਰ ਪਰਮਾਤਮਾ ਦੀ ਜੋਤ ਜਾਣੋ। ਕਿ ਖੰਡੇ ਬਾਟੇ ਦੀ ਪਹੁਲ ਲੈ ਕੇ ਜੇ ਅਸੀਂ ਜਾਤ ਪੁੱਛਦੇ ਹਾਂ ਤਾਂ ਖਿਮਾ ਕਰਦੇ ਹਾਂ ਜੀ, ਅਸੀਂ ਕਦੀ ਖਾਲਸੇ ਹੋ ਹੀ ਨਹੀਂ ਸਕਦੇ। ਨਿਮਾਣਾ ਜੀ, ਤੁਸੀਂ ਬਹੁਤ ਅੱਛੇ ਜਵਾਬ ਦਿੱਤੇ ਨੇ, ਅਸੀਂ ਤੁਹਾਡੇ ਕੋਲ ਹੋਰ ਵੀ ਜਾਣਕਾਰੀ ਲਵਾਂਗੇ, ਪਰ ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਦਰਸ਼ਕੋ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। 106 ਦੇਸ਼ਾਂ ਵਿੱਚ ਦੇਖੇ ਜਾ ਰਹੇ ਅਕਾਲ ਚੈਨਲ ਦੇ ਕੋਲ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਲਾਈਵ ਜਾਂ ਡੀ ਲਾਈਵ ਕਰਨ ਦੀ ਪੂਰੀ ਟੈਕਨੋਲੋਜੀ ਮੌਜੂਦ ਹੈ। ਤੁਹਾਡਾ ਸਾਰਾ ਪ੍ਰੋਗਰਾਮ ਹਾਈ ਡੈਫੀਨੇਸ਼ਨ ਤੇ ਕਵਰ ਕੀਤਾ ਜਾਵੇਗਾ। ਜੇ ਤੁਸੀਂ ਗੁਰੂ ਮਹਾਰਾਜ ਦੇ ਪੈਗਾਮ ਨੂੰ ਘਰ ਘਰ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਪ੍ਰੋਗਰਾਮ ਰਿਕਾਰਡ ਕਰਵਾਉਣ ਲਈ ਸੰਪਰਕ ਕਰੋ 0770274809 06 ਤੇ। ਬ੍ਰੇਕ ਤੋਂ ਬਾਅਦ ਦੇਸ਼ ਵਿਦੇਸ਼ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਮੱਖੂ ਸਵਾਗਤ ਕਰਦਾ ਹਾਂ। ਸਰਦਾਰ ਸਾਹਿਬ, ਆਪਾਂ ਗੱਲ ਕਰਦੇ ਸਾਂ ਖੰਡੇ ਬਾਟੇ ਦੀ ਪਾਹੁਲ ਦੀ। ਜੀ, ਕੀ ਖੰਡੇ ਬਾਟੇ ਦੀ ਪਾਹੁਲ ਲੈ ਲੈਣੀ, ਪੰਜ ਕਕਾਰੀ ਵਰਦੀ ਪਾ ਲੈਣੀ, ਕੀ ਇੰਨਾ ਕੁਛ ਦੇ ਨਾਲ ਸਾਰਾ ਕੁਛ ਕੰਪਲੀਟ ਹੋ ਜਾਂਦਾ ਕਿ ਮੈਂ ਅੰਮ੍ਰਿਤਧਾਰੀ ਸਿੱਖ ਬਣ ਗਿਆ, ਹੋਰ ਕੁਛ ਕਰਨ ਦੀ ਮੈਨੂੰ ਲੋੜ ਨਹੀਂ? ਇਹਦੇ ਬਾਬਤ ਦੱਸੋ ਸਾਨੂੰ। ਬੜਾ ਅੱਛਾ ਸਵਾਲ ਕੀਤਾ ਤੁਸੀਂ ਮੱਖੂ ਸਾਹਿਬ ਜੀ। ਪ੍ਰੋਗਰਾਮ ਵੀ ਤੁਹਾਡਾ ਕੋੜਾ ਸੱਚ ਹੈ ਜੀ, ਅਤੇ ਹੁਣ ਕੋੜਾ ਸੱਚ ਸੁਣ ਵੀ ਲਓ ਤੁਸੀਂ ਜੀ। ਅੰਮ੍ਰਿਤ ਛਕਣ ਦੇ ਨਾਲ, ਗਾਤਰਾ ਪਾਉਣ ਦੇ ਨਾਲ, ਪੰਜ ਕਕਾਰੀ ਹੋਣ ਦੇ ਨਾਤੇ ਜੀ, ਪੰਜ ਪਿਆਰਿਆਂ ਦੇ ਕੋਲ ਅੰਮ੍ਰਿਤ ਛਕ ਲੈਣਾ ਜੀ, ਉਹ ਆਪਾਂ ਉਹਨੂੰ ਇਹ ਨਹੀਂ ਗੱਲ ਕਹਿ ਸਕਦੇ ਵੀ ਅਸੀਂ ਖਾਲਸੇ ਬਣ ਗਏ ਜੀ। ਹਾਲੇ ਤਾਂ ਕੇਵਲ ਇੱਕ ਸਾਡੀ ਸਕੂਲ ਦੇ ਵਿੱਚ ਐਡਮਿਸ਼ਨ ਹੋਈ ਹੈ। ਕੀ ਬਾਤ ਹੈ! ਅਸੀਂ ਦਾਖਲਾ ਲਿਆ ਉਸ ਸਕੂਲ ਦੇ ਵਿੱਚ ਜੀ। ਜਿਸ ਸਕੂਲ ਦੇ ਵਿੱਚ ਪਹਿਲਾਂ ਫੀਸ ਲੱਗੀ ਸੀ 1699 ਈਸਵੀ ਨੂੰ। ਕੀ ਬਾਤ ਹੈ! 19 ਫੀਸਦੀ ਹੈ, ਅਤੇ ਅੱਜ ਸਕੂਲ ਦੇ ਵਿੱਚ ਫਰੀ ਦਾਖਲੇ ਹੋ ਰਹੇ ਨੇ, ਕੋਈ ਫੀਸ ਨਹੀਂ ਲਈ ਜਾ ਰਹੀ ਜੀ। ਜੇ ਉਹ ਅੱਜ ਗੱਲ ਝਾਤੀ ਮਾਰੀਏ, ਵੇਖੀਏ ਉਸ ਗੱਲ ਨੂੰ ਜੀ, ਪਰ ਪਹਿਲਾਂ ਸਤਿਗੁਰੂ ਜੀ ਨੇ ਸੀਸ ਦੀ ਮੰਗ ਕੀਤੀ, ਉਹ ਫੀਸ ਸੀ, ਪਰ ਅੱਜ ਅਸੀਂ ਪੰਜ ਕਕਾਰ ਪਾ ਲੈਣੇ, ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਲੈਣਾ ਵੀ ਅਸੀਂ ਕਹੀਏ ਅੱਜ ਖਾਲਸੇ ਹੋ ਗਏ? ਨਹੀਂ, ਅਜੇ ਤਾਂ ਅਸੀਂ ਸਕੂਲ ਵਿੱਚ ਦਾਖਲਾ ਲਿਆ ਜੀ। ਦਾਖਲਾ ਲੈਣ ਤੋਂ ਬਾਅਦ ਅਸੀਂ ਡਿਗਰੀ ਪ੍ਰਾਪਤ ਕਰਨੀ ਹੈ। ਕੀ ਬਾਤ ਹੈ! ਡਿਗਰੀ ਪ੍ਰਾਪਤ ਕਰਨ ਵਾਸਤੇ ਸਾਡੇ ਕੋਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਰੂਪ, ਜਿਨ੍ਹਾਂ ਦੇ ਇੱਕ ਓਅੰਕਾਰ ਤੋਂ ਲੈ ਕੇ 1430 ਅੰਗ ਨੇ ਜੀ, ਉਹ ਸਾਨੂੰ ਪੜ੍ਹਨੇ ਪੈਣਗੇ, ਉਹਦੀ ਵਿਚਾਰ ਕਰਨੀ ਪਏਗੀ ਜੀ, ਫਿਰ ਅਸੀਂ ਖਾਲਸਾ ਕੌਣ ਦੇ ਹੱਕਦਾਰ ਹੋ। ਕੀ ਬਾਤ ਹੈ! ਕੀ ਬਾਤ ਹੈ! ਵੀ ਜਿਹੜੇ 1430 ਅੰਗ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ, ਅਤੇ ਇਹਨਾਂ ਦੇ ਉੱਪਰ ਜਿਹੜੀ ਬਾਣੀ, ਉਹ ਸਾਡਾ ਸਿਲੇਬਸ ਹੈ। ਬਿਲਕੁਲ ਬਿਲਕੁਲ ਜੀ ਜੀ, ਉਹ ਸਿਲੇਬਸ ਨੂੰ ਪੜ੍ਹਾਂਗੇ, ਸਿਲੇਬਸ ਨੂੰ ਟੈਲੀ ਕਰਾਂਗੇ, ਯਾਦ ਕਰਾਂਗੇ ਉਸਨੂੰ ਹਿਰਦੇ ਵਿੱਚ ਵਸਾਵਾਂਗੇ, ਤਾਂ ਹੀ ਸਿੱਖ ਕੌਣ ਦੇ ਕਾਬਲ ਹਨ। ਕੀ ਬਾਤ ਹੈ! ਕੀ ਬਾਤ ਹੈ! ਇਹ ਨਹੀਂ ਵੀ ਅਸੀਂ ਕੇਵਲ ਕਕਾਰ ਧਾਰਨ ਕਰ ਲਏ ਜੀ, ਅਤੇ ਉਹ ਅਸੀਂ ਖਾਲਸੇ ਬਣ ਗਏ। ਸੋ ਦੇਸ਼ ਵਿਦੇਸ਼ ਦੇ ਦਰਸ਼ਕੋ, ਗੱਲ ਵਾਕਿਆ ਵੀਰ ਜੀ ਨੇ ਬੜੀ ਪਿਆਰੀ ਕਹੀ ਹੈ ਵੀ ਇਕੱਲੇ ਪੰਜ ਕਕਾਰ ਪਾ ਲੈਣ ਦੇ ਨਾਲ ਸਾਡਾ ਸਾਰਾ ਕੁਛ ਕੰਪਲੀਟ ਨਹੀਂ ਹੋ ਜਾਂਦਾ। ਹਾਂ, ਇਹ ਸਾਡੀ ਮਰਿਆਦਾ ਦਾ ਹਿੱਸਾ ਹੈ, ਇਹਨੂੰ ਨਕਾਰਿਆ ਵੀ ਨਹੀਂ ਜਾ ਸਕਦਾ, ਪਰ
1430 ਅੰਗਾਂ ਦੇ ਉੱਪਰ ਜਿਹੜੀ ਬਾਣੀ ਲਿਖੀ ਹੋਈ ਹੈ ਇਹ ਸਾਡਾ ਸਿਲੇਬਸ ਹੈ। ਕਈ ਵਾਰੀ ਅਸੀਂ ਸ਼ਬਦ ਦੀ ਅਤੇ ਇੱਕ ਦੀ ਵਿਚਾਰ ਵੀ ਨਹੀਂ ਕੀਤੀ ਹੁੰਦੀ, ਇੱਥੋਂ ਤੱਕ ਵੀ ਜਿਹੜੀਆਂ ਸਾਡੀਆਂ ਨਿਤਨੇਮ ਦੀਆਂ ਬਾਣੀਆਂ ਨੇ ਵਿਚਾਰ ਤਾਂ ਅਸੀਂ ਉਹਨਾਂ 'ਤੇ ਵੀ ਨਹੀਂ ਕੀਤੀ ਹੁੰਦੀ ਅਤੇ ਲੜਦੇ ਹਾਂ ਅਸੀਂ ਅਨੇਕਾਂ ਗ੍ਰੰਥਾਂ ਦੇ ਨਾਮ ਦੇ ਉੱਪਰ। ਕਿੰਨਾ ਚੰਗਾ ਹੋਵੇ ਜੇ ਅਸੀਂ ਘੱਟੋ ਘੱਟ ਬਾਣੀ ਦੀ ਵਿਚਾਰ ਕਰੀਏ ਅਤੇ ਉਹ ਜਿਹੜੇ 1430 ਅੰਗ ਦੇ ਉੱਪਰ ਬਾਣੀ ਲਿਖੀ ਹੋਈ ਹੈ ਇਹਨੂੰ ਆਪਣਾ ਸਿਲੇਬਸ ਬਣਾਈਏ। ਜਿਵੇਂ ਜਿਵੇਂ ਸਿਲੇਬਸ ਕਵਰ ਕਰਦੇ ਜਾਵਾਂਗੇ ਉਵੇਂ ਉਵੇਂ ਸਾਡੀ ਅਵਸਥਾ ਉੱਚੀ ਬਣਦੀ ਜਾਏਗੀ। ਜਦੋਂ ਸਿਲੇਬਸ ਕੰਪਲੀਟ ਹੋ ਜਾਂਦਾ ਤਾਂ ਕਹਿ ਸਕਦੇ ਹਾਂ ਮੈਂ ਗੁਰੂ ਨਾਨਕ ਦੇ ਘਰ ਦੀ ਡਿਗਰੀ ਪ੍ਰਾਪਤ ਕਰ ਲਈਏ, ਮੈਂ ਪੂਰਨ ਗੁਰੂ ਕਾ ਸਿੱਖ ਹਾਂ ਕਿਉਂਕਿ ਸ਼ਬਦ ਦੇ ਮੁਤਾਬਕ ਮੇਰੀ ਜ਼ਿੰਦਗੀ ਚੱਲਦੀ ਪਈ ਹੈ। ਭਾਈ ਸਾਹਿਬ ਇੱਕ ਹੋਰ ਚੀਜ਼ ਦੱਸੋ ਜੀ, ਕੁਛ ਲੋਕ ਜਿਵੇਂ ਗਾਤਰੇ ਪਾ ਕੇ ਜੀ ਨਸ਼ੇ ਆਦਿਕ ਦਾ ਸੇਵਨ ਕਰਦੇ ਨੇ, ਗਾਤਰੇ ਪਾ ਕੇ ਕਿਸੇ ਐਸੀ ਮਾੜੀ ਚੀਜ਼ ਦਾ ਸੇਵਨ ਕਰਦੇ ਨੇ ਜਿਨ੍ਹਾਂ ਨੂੰ ਗੁਰਮਤ ਨੇ ਰੋਕਿਆ ਹੋਇਆ, ਉਹਨਾਂ ਦੇ ਬਾਬਤ ਤੁਹਾਡਾ ਕੀ ਖਿਆਲ ਹੈ? ਤੁਸੀਂ ਉਹਨਾਂ ਨੂੰ ਕੀ ਮੰਨਦੇ ਹੋ? ਅੰਮ੍ਰਿਤਧਾਰੀ ਮੰਨਦੇ ਹੋ, ਸਿੱਖ ਮੰਨਦੇ ਹੋ, ਕੀ ਮੰਨਦੇ ਹੋ? ਦੇਖੋ ਖਾਲਸਾ ਜੀ, ਤੁਸੀਂ ਸਵਾਲ ਬੜਾ ਇੰਪੋਰਟੈਂਟ ਕੀਤਾ। ਹੁਣ ਕੁਛ ਦਿਨ ਪਹਿਲਾਂ ਵੀ ਕੋਈ ਵੀਡੀਓ ਵਾਇਰਲ ਹੋਈਆਂ ਨੇ, ਆਪਾਂ ਇੱਕ ਬਾਣਾ ਪਾ ਲੈਂਦੇ ਹਾਂ, ਉੱਤੇ ਸਿਰੀ ਸਾਹਿਬ ਪਾ ਲੈਂਦੇ ਹਾਂ, ਦਮਾਲਾ ਸਜਾ ਲੈਂਦੇ ਹਾਂ, ਚੰਦ ਤੋੜੇ ਸਜਾ ਲੈਂਦੇ ਹਾਂ, ਆਪਾਂ ਕਿੰਨੇ ਸੁੰਦਰ ਸਿੱਖ ਲੱਗਦੇ ਹਾਂ ਵੀ ਅਸੀਂ ਖਾਲਸੇ ਹਾਂ। ਪਰ ਕੰਮ ਅਸੀਂ ਕੀ ਕਰਦੇ ਹਾਂ, ਠੇਕੇ 'ਤੇ ਜਾ ਕੇ ਸ਼ਰਾਬ ਦੀਆਂ 5 ਪੇਟੀਆਂ ਲੈ ਲਈਆਂ ਜੀ। ਓਕੇ, ਇਹ ਕਿਤੇ ਖਾਲਸੇ ਦਾ ਕੰਮ ਹੈ? ਇਹ ਖਾਲਸੇ ਨੂੰ ਸ਼ੋਭਾ ਦਿੰਦਾ? ਆ ਹੁਣੇ ਦੀ ਗੱਲ ਹੈ, ਤਾਂ ਜੀ ਆ ਸਿੰਘ ਇੱਕ ਫੜਿਆ ਗਿਆ, ਉਹਦਾ ਜਲੂਸ ਕੱਢਿਆ, ਉਹਨੂੰ ਕਹਿੰਦੇ ਵੀ ਤੂੰ ਬਾਣਾ ਧਾਰ, ਤੂੰ ਖਾਲਸਾ ਨਹੀਂ, ਤੂੰ ਖਾਲਸੇ ਨੂੰ ਕਿਉਂ ਬਦਨਾਮ ਕਰ ਰਹੇ ਹੈ? ਬੜੀ ਅੱਛੀ ਗੱਲ ਸੀ, ਮੈਨੂੰ ਬੜਾ ਚੰਗਾ ਲੱਗਿਆ ਇਸ ਗੱਲ ਦਾ। ਪਰ ਤੁਸੀਂ ਸਵਾਲ ਵੀ ਬੜਾ ਅੱਛਾ ਕੀਤਾ, ਪਰ ਕਿਤੇ ਉਹ ਕਮਜ਼ੋਰੀ ਸਾਡੇ ਵਿੱਚ ਵੀ ਆ ਰਹੀ ਹੈ। ਓਕੇ, ਕਿ ਜਦੋਂ ਅਸੀਂ ਪ੍ਰਚਾਰ ਕਰਾਂਗੇ ਨਾ ਤਾਂ ਹੀ ਸਿੱਖ ਸੰਗਤ ਨੂੰ ਪਤਾ ਲੱਗੇਗਾ ਵੀ ਅੱਜ ਅਸੀਂ ਨਸ਼ਿਆਂ ਤੋਂ ਮੁਕਤ ਹੋਣਾ ਹੈ ਜੀ, ਨਸ਼ਿਆਂ ਨੂੰ ਨਾਲ ਨਹੀਂ ਰੱਖਣਾ। ਇਹ ਨਹੀਂ ਕਿ ਅਸੀਂ ਅੰਮ੍ਰਿਤ ਛਕ ਲਿਆ ਅਤੇ ਨਸ਼ੇ, ਆ ਤੁਸੀਂ ਦੇਖਿਆ ਸੀਗਾ ਪਿੱਛੇ ਮੀਡੀਆ ਦੇ ਵਿੱਚ ਵੀ ਆਇਆ ਸੀਗਾ, ਗਾਤਰੇ ਪਾਏ ਹੋਏ ਪੁਰਾਣੇ ਬਜ਼ੁਰਗ ਕਿਤੇ ਰਾਜਸਥਾਨ 'ਤੇ ਨਾ ਠੇਕਿਆਂ ਦੇ ਭੁੱਕੀ ਦਾ ਠੇਕਾ ਹੈ, ਕਿਤੇ ਆਪਾਂ ਤਾਂ ਕਹਿੰਦੇ ਹਾਂ ਸ਼ਰਾਬ ਦੇ ਠੇਕੇ, ਅਤੇ ਕਿਤਨੇ ਹੀ ਖਾਲਸੇ 5-7 ਖਾਲਸੇ ਖਲੋਤੇ ਸੀ ਸ਼੍ਰੀ ਸਾਹਿਬਾਂ ਪਾਈਆਂ ਹੋਈਆਂ, ਕਿਆ ਉਹ ਨਸ਼ਾ ਕਰਨਾ ਉਹਨਾਂ ਵਾਸਤੇ ਚੰਗੀ ਗੱਲ ਹੈ? ਗੁਰੂ ਸਾਹਿਬ ਜੀ ਨੇ ਇਹ ਗੱਲ ਕਹੀ ਸੀ ਵੀ ਤੁਸੀਂ ਭੁੱਕੀ ਖਾਓ ਜੀ, ਗੁਰੂ ਸਾਹਿਬ ਜੀ ਨੇ ਇਹ ਗੱਲ ਕਹੀ ਸੀ ਤੁਸੀਂ ਸ਼ਰਾਬ ਪੀਓ? ਪਰ ਲੇਕਿਨ ਕੀ ਹੈ, ਅੱਜ ਅਸੀਂ ਖਾਲਸੇ ਅਖਵਾਉਣ ਦੇ ਨਾਤੇ ਗਲਤ ਵੀ ਹੁੰਦੇ ਜਾ ਰਹੇ ਜੀ 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 ਜੀ, ਉਸ ਚੀਜ਼ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ। ਸੋ ਤੁਹਾਡੇ ਕਹਿਣ ਤੋਂ ਭਾਵ ਕਿ ਕਿਸੇ ਵੀ ਪ੍ਰਕਾਰ ਦਾ ਜਿਹੜਾ ਨਸ਼ਾ ਆ ਉਹ ਗੁਰਸਿੱਖ ਨੇ ਸੇਵਨ ਨਹੀਂ ਕਰਨਾ। ਬੜਾ ਪਿਆਰਾ ਤੁਸੀਂ ਗੱਲ ਕੀਤੀ ਹੈ, ਪਰ ਦਰਸ਼ਕੋ ਇੱਕ ਮਨ ਦੇ ਵਿੱਚ ਹੋਰ ਵੀ ਖਿਆਲ ਆਉਂਦਾ ਹੈ, ਵਿਚਾਰਾਂ ਦਾ ਪ੍ਰਵਾਹ ਤਾਂ ਬਹੁਤ ਜ਼ਿਆਦਾ ਲੰਬਾ ਹੋ ਜਾਵੇਗਾ। ਗੁਰਬਾਣੀ ਪੜ੍ਹਦੇ ਹਾਂ ਅਤੇ ਉਹਦੇ ਵਿੱਚ ਕਿਸੇ ਨਸ਼ੇ ਦਾ ਸਪੈਸ਼ਲ ਨਾਮ ਨਹੀਂ ਹੈ, ਇੰਨਾ ਜ਼ਰੂਰ ਜ਼ਿਕਰ ਕੀਤਾ ਗਿਆ ਜਿੱਤ ਪੀਤਾ ਉਹ ਭਾਵੇਂ ਕਿਸੇ ਵੀ ਪ੍ਰਕਾਰ ਦਾ ਨਸ਼ਾ ਹੋਵੇ, ਭਾਵੇਂ ਸਿਗਰਟ ਪੀਣ ਦੀ ਗੱਲ ਹੋਵੇ, ਭਾਵੇਂ ਸ਼ਰਾਬ ਦੀ ਗੱਲ ਹੋਵੇ, ਭਾਵੇਂ ਪੋਸਟ ਪੀਣ ਦੀ ਗੱਲ ਹੋਵੇ, ਕਿਸੇ ਵੀ ਪ੍ਰਕਾਰ ਦੀ ਗੱਲ ਹੋਵੇ, ਗੁਰਮਤਿ ਨੇ ਕਿਹਾ ਵੀ ਜਿਹੜੀ ਚੀਜ਼ ਤੇਰੀ ਮਤ 'ਤੇ ਪਰਦਾ ਪਾਉਂਦੀ ਹੈ, ਤੇਰੀ ਬੁੱਧ 'ਤੇ ਅਟੈਕ ਕਰਦੀ ਹੈ, ਉਹਨਾਂ ਦਾ ਸੇਵਨ ਤੂੰ ਨਹੀਂ ਕਰਨਾ। ਪਰ ਕਿੱਡੀ ਗਜ਼ਬ ਦੀ ਗੱਲ ਹੈ ਕਿ ਅੱਜ ਇਹ ਗਿਰਾਵਟਾਂ ਸਾਡੇ ਵਿੱਚ ਆਉਣ ਲੱਗ ਪਈਆਂ। ਮੈਨੂੰ ਕਾਹਨ ਸਿੰਘ ਨਾਭਾ ਦੇ ਗੁਰਮਤਿ ਮਾਰਤੰਡ ਦੇ ਵਿੱਚੋਂ ਇੱਕ ਗੱਲ ਬੜੀ ਪਿਆਰੀ ਲੱਗਦੀ ਹੈ, ਉਹ ਕਹਿੰਦੇ ਜਿਹੜੀ ਚਾਹ ਅੱਜ ਸਵੇਰ ਤੋਂ ਸ਼ਾਮ ਤੱਕ ਸਾਡੇ ਘਰਾਂ ਦੇ ਵਿੱਚ ਰਿੱਝਦੀ ਹੈ, ਜਿਹੜੀ ਚਾਹ ਸਵੇਰ ਤੋਂ ਸ਼ਾਮ ਤੱਕ ਸਾਡੇ ਘਰਾਂ ਦੇ ਵਿੱਚ ਬਣਦੀ ਹੈ, ਕੋਈ ਰਿਸ਼ਤੇਦਾਰ ਆਉਂਦਾ ਤਾਂ ਵੀ ਚਾਹ, ਕਿਤੇ ਜਾਣਾ ਹੁੰਦਾ ਤਾਂ ਵੀ ਚਾਹ, ਮੈਂ ਕੰਮ ਕਰਨ ਲੱਗਾ ਮੈਨੂੰ ਘੁੱਟ ਚਾਹ ਪਿਲਾ ਦਿਓ। ਉਹ ਕਹਿੰਦੇ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਇਹ ਕਿੱਥੇ ਸੀ? ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਤਾਂ ਇਹਦਾ ਵੀ ਟੇਸਟ ਨਹੀਂ ਸੀ ਸਾਡੇ ਲੋਕਾਂ ਨੂੰ ਪਤਾ ਹੁੰਦਾ। ਇਹਦੇ ਵਿੱਚ ਵੀ ਕਿਸੇ ਨਾ ਕਿਤੇ ਪ੍ਰਕਾਰ ਦਾ ਇੱਕ ਨਸ਼ਾ ਹੈ। ਅਤੇ ਕਾਹਨ ਸਿੰਘ ਨਾਭਾ ਨੇ ਇੱਥੋਂ ਤੱਕ ਵੀ ਲਿਖਿਆ, ਕਹਿੰਦੇ ਵੇਖਾ ਵੇਖੀ ਸਾਡੇ ਸਿੱਖ ਇਹ ਚਾਹ ਵੀ ਪੀਣ ਲੱਗ ਪਏ ਹਨ, ਭਾਵੇਂ ਇਹ ਸਾਰੇ ਪੀ ਰਹੇ ਨੇ, ਮੈਂ ਕਿਸੇ 'ਤੇ ਪਾਬੰਦੀ ਨਹੀਂ ਲਾ ਰਿਹਾ, ਪਰ ਇੱਕ ਜ਼ਿਕਰ ਕਰਦਾ ਪਿਆ ਵਾਂ ਕਾਹਨ ਸਿੰਘ ਨਾਭਾ ਨੂੰ ਆਧਾਰ ਬਣਾ ਕੇ ਕਿ ਅੱਜ ਜੋ ਸਾਡੇ ਘਰਾਂ ਵਿੱਚ ਪੀਤੀ ਜਾਂਦੀ ਹੈ ਕਾਹਨ ਸਿੰਘ ਨਾਭਾ ਦੇ ਮੁਤਾਬਕ ਇਹ ਵੀ ਇੱਕ ਨਸ਼ਾ ਹੈ। ਕਿੰਨਾ ਚੰਗਾ ਹੋਵੇ ਕਿ ਅਸੀਂ ਇਸ ਨਸ਼ੇ ਤੋਂ ਮੁਕਤ ਹੋ ਜਾਈਏ, ਭੰਗ ਤੋਂ ਮੁਕਤ ਹੋ ਜਾਈਏ, ਅਤੇ ਜਿਹੜਾ ਮੇਰੇ ਗੁਰੂ ਨੇ ਦੱਸਿਆ ਪਾਓ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਦੇਵਾਨਾ ਭਇਆ ਅਤੀਤ, ਉਹ ਭੰਗ ਕਿਤੇ ਸਾਨੂੰ ਪੀਣ ਦੀ ਜਾਚ ਆ ਜਾਵੇ। ਭਾਈ ਸਾਹਿਬ ਤੁਸੀਂ ਬਹੁਤ ਪਿਆਰਾ ਜਵਾਬ ਦਿੱਤਾ ਕਿ ਵਾਕਈ ਸਾਡੇ ਵਿੱਚ ਗਿਰਾਵਟ ਆ ਗਈ ਹੈ, ਪਰ ਇਸ ਚੀਜ਼ ਤੋਂ ਅਸੀਂ ਉੱਚੇ ਕਿਵੇਂ ਹੋ ਸਕਦੇ ਹਾਂ ਕਿ ਸਾਡਾ ਇਹਨਾਂ ਚੀਜ਼ਾਂ ਤੋਂ ਖਾੜਾ ਛੁੱਟ ਜਾਵੇ, ਨਸ਼ਿਆਂ ਤੋਂ ਛੁੱਟ ਜਾਵੇ, ਮਨਮਤ ਤੋਂ ਛੁੱਟ ਜਾਵੇ, ਕਰਮ ਕਾਂਡਾਂ ਤੋਂ ਛੁੱਟ ਜਾਵੇ? ਇਹ ਤਾਂ ਇੱਕ ਚੀਜ਼ ਸੀ ਵੀ ਗਾਤਰੇ ਪਾ ਕੇ ਉਹ ਆਹ ਨਸ਼ਾ ਕਰਦੇ ਨੇ, ਪਰ ਜਦੋਂ ਗਾਤਰੇ ਪਾ ਕੇ ਥਾਂ ਥਾਂ 'ਤੇ ਮੱਥੇ ਟੇਕਦੇ ਨੇ ਕਬਰਾਂ 'ਤੇ ਮੜੀਆਂ ਦੇ ਉੱਪਰ, ਤਾਂ ਇਹ ਵੀ ਕਿਹੜਾ ਗੁਰਮਤ ਦਾ ਅਸੂਲ ਹੈ? ਬਿਲਕੁਲ, ਬੜੀ ਅੱਛੀ ਗੱਲ ਤੁਸੀਂ ਕੀਤੀ ਹੈ। ਉਹਨਾਂ ਨੂੰ ਫਿਰ ਅਸੀਂ ਖਾਲਸਾ ਨਹੀਂ ਕਹਿ ਸਕਦੇ ਜੀ, ਕਿਉਂ?
ਖਾਲਸੇ ਦਾ ਸੀਸ ਝੁਕਦਾ ਕੇਵਲ ਅਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ, ਨਾ ਕਿਤੇ ਮੜੀਆਂ 'ਤੇ, ਨਾ ਕਿਤੇ ਕਬਰਾਂ 'ਤੇ, ਨਾ ਕਿਸੇ ਸੰਤਾਂ ਦੇ ਕੋਲ, ਨਾ ਕਿਸੇ ਮਹਾਂਪੁਰਸ਼ਾਂ ਦੇ ਕੋਲ। ਖਾਲਸੇ ਦਾ ਸੀਸ ਝੁਕਦਾ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਝੁਕਦਾ, ਪਰ ਉਹਨਾਂ ਨੂੰ ਆਪਾਂ ਖਾਲਸਾ ਨਹੀਂ ਕਹਿ ਸਕਦੇ ਮੱਖੂ ਸਾਹਿਬ, ਕਿਉਂ? ਉਹ ਖਾਲਸੇ ਨਹੀਂ ਹੈ, ਉਹ ਇੱਕ ਮੇਰੇ ਹਿਸਾਬ ਸਿਰ ਇੱਕ ਵਿਖਾਵੇ ਦੇ ਸ਼ਸਤਰ ਪਾਏ ਹੋਏ ਆ। ਕਿਉਂ? ਜਿਹੜਾ ਸਰੀਰ ਥਾਂ ਥਾਂ 'ਤੇ ਝੁਕ ਰਿਹਾ ਉਹ ਸਰੀਰ ਨਹੀਂ ਹੈ ਜੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਿਬਗੁਰ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਲੜ ਲਾਇਆ ਜੀ। ਉਹਨਾਂ ਦੇ ਕੇਵਲ ਅਸੀਂ ਮੱਥਾ ਟੇਕਣਾ ਹੈ, ਸਾਡਾ ਸਰੀਰ ਚੁੱਕੇ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਚੁੱਕੇ, ਹੋਰ ਕਿਤੇ ਨਾ ਚੁੱਕੇ। ਇੱਕ ਨਮਾਨਾ ਜੀ, ਮੈਂ ਤੁਹਾਡੇ ਕੋਲ ਹੋਰ ਜਾਣਕਾਰੀ ਲੈਣੀ ਚਾਹੁੰਦਾ। ਜਿਸ ਖਾਲਸੇ ਦੀ ਆਪਾਂ ਗੱਲ ਕੀਤੀ ਹੈ ਜੀ, ਵੀ ਖਾਲਸਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜੀ, ਜਾਤ ਪਾਤ ਨੂੰ ਨਾ ਮੰਨੇ, ਜਗ੍ਹਾ ਜਗ੍ਹਾ ਦੇ ਉੱਪਰ ਜਾ ਕੇ ਮੱਥੇ ਨਾ ਟੇਕੇ ਜੀ। ਆਪਾਂ ਅਨੇਕ ਤਰ੍ਹਾਂ ਦੀਆਂ ਉਦਾਹਰਨਾਂ ਦਿੱਤੀਆਂ ਨੇ ਜੀ, ਵੀ ਗੁਰਬਾਣੀ ਉਹਦਾ ਇੱਕ ਸਿਲੇਬਸ ਹੋਵੇ, ਗੁਰਬਾਣੀ ਨੂੰ ਕਮਾਵੇ ਜੀ। ਪਰ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਖਾਲਸੇ ਅੱਜ ਹੈ ਨੇ? ਖਾਲਸੇ ਹੈਗੇ ਨੇ ਜੀ, ਹੈਗੇ ਨੇ, ਇਹ ਗੱਲ ਨਹੀਂ ਵੀ ਨਹੀਂ ਹੈਗੇ ਜੀ। ਆਹ ਤੁਸੀਂ ਦੇਖ ਲਓ, ਖਾਲਸੇ ਨੇ ਜਿਹੜੇ ਦਮਾਲੇ ਸਜਾਉਂਦੇ ਨੇ ਜੀ, ਬੜੀ ਅੱਛੀ ਗੱਲ ਹੈ ਜੀ। ਦਮਾਲਾ ਸਜਾਉਣਾ, ਗੁਰੂ ਕੇ ਬਾਣੇ ਦੇ ਵਿੱਚ ਰਹਿਣਾ ਬੜੀ ਅੱਛੀ ਗੱਲ ਹੈ, ਪਰ ਉਹਦੇ ਵਿੱਚ ਇੱਕ ਥੋੜ੍ਹੀ ਜਿਹੀ ਗੱਲ ਦੇਖੀ ਗਈ, ਜਿਹੜੀ ਨੋਟ ਕੀਤੀ ਗਈ, ਵੀ ਕਮਾਈ ਵੀ ਜ਼ਰੂਰੀ ਹੈ ਸ਼ਬਦ ਦੀ। ਕੀ ਬਾਤ ਹੈ! ਜਦੋਂ ਆਪਾਂ ਉਹਨਾਂ ਨੂੰ ਪੁੱਛ ਲਈਏ ਕਿਤੇ ਵੀ ਤੁਸੀਂ ਇਹ ਦਮਾਲਾ ਖਾਲਸਾ ਜੀ ਬਹੁਤ ਅੱਛਾ ਸਜਾਇਆ ਹੈ, ਕਿਸੇ ਸ਼ਬਦ ਦੀ ਵਿਚਾਰ ਜਾਂ ਕਿਸੇ ਸ਼ਬਦ ਦੀ ਪੰਕਤੀ ਪੁੱਛ ਲਈਏ, ਨਹੀਂ ਆਉਂਦੇ। ਇਹ ਨਹੀਂ ਵੀ ਖਾਲਸੇ ਹੈ ਨਹੀਂ, ਅਨੇਕ ਨੇ ਜੀ। ਸਤਿਗੁਰੂ ਜੀ ਨੇ ਵਚਨ ਕੀਤਾ ਸੀ ਨਾ ਵੀ ਤੂੰ ਮੇਰੇ ਦੀਦਾਰ ਕਰਨੇ ਨੇ ਅਤੇ ਗੁਰੂ ਕੇ ਖਾਲਸੇ ਦੇ ਵਿੱਚੋਂ ਕਰ ਲਈ। ਖਾਲਸਾ ਕੌਣ ਹੈ? ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਪਰ ਅੱਜ ਕਿਤੇ ਖਾਲਸਾ ਪੂਰਾ ਨਹੀਂ ਮਿਲਦਾ, ਕਿਤੇ ਸਿੱਖ ਦੇਖਣ ਵਾਲਾ ਖਾਲਸੇ ਨੂੰ ਪੂਰਾ ਨਹੀਂ। ਕੀ ਬਾਤ ਹੈ, ਕੀ ਬਾਤ ਹੈ! ਇਤਨੀ ਡੂੰਘਾਈ ਨੂੰ ਦੇਖਣ ਵਾਸਤੇ ਵੀ ਅੱਖ ਚਾਹੀਦੀ ਹੈ, ਅੱਖ ਚਾਹੀਦੀ ਹੈ ਜੀ, ਸ਼ਬਦ ਦੀ ਕਮਾਈ ਚਾਹੀਦੀ ਹੈ ਜੀ ਜੀ ਜੀ। ਜਦ ਸਾਡੇ ਕੋਲ ਸ਼ਬਦ ਦੀ ਕਮਾਈ ਨਹੀਂ ਹੈ ਜੀ, ਉਹ ਅੱਖ ਨਹੀਂ ਸਾਡੀ ਬਣ ਸਕਦੀ ਜੀ ਜੀ ਜੀ। ਸਾਨੂੰ ਕਮਾਈ ਕਰਨੀ ਪਵੇਗੀ। ਤੁਹਾਡੇ ਕਹਿਣ ਤੋਂ ਭਾਵ ਕਿ ਸਾਜਨਾ ਜਿਹੜੀ ਹੈ, ਵਿਸਾਖੀ ਨੂੰ ਆਪਾਂ ਸਾਜਨਾ ਦਿਵਸ ਕਹਿੰਦੇ, ਵੀ ਸਾਜਨਾ ਕੱਲੀ ਬਾਹਰੋਂ ਬਾਹਰੋਂ ਨਾ ਹੋਵੇ ਜੀ ਜੀ, ਵੀ ਬਾਹਰੋਂ ਕਕਾਰ ਪਾਲੇ ਦਸਤਾਰ, ਵੀ ਸਾਜਨਾ ਅੰਦਰੋਂ ਵੀ ਹੋਵੇ, ਅੰਦਰੋਂ ਵੀ ਹੋਵੇ, ਵੀ ਅੰਦਰ ਦੀ ਸਾਜਨਾ ਬਾਣੀ ਦੇ ਨਾਲ ਅਤੇ ਬਾਹਰ ਦੀ ਜਿਹੜੀ ਇਹ ਪੰਜ ਕਕਾਰਾਂ ਦੇ ਨਾਲ, ਵੀ ਕਕਾਰ ਅਤੇ ਵਿਚਾਰ ਇੱਕੋ ਜਾਵੇ। ਗੁਰੂ ਕਾ ਬਾਣਾ ਪਾਇਆ ਹੋਇਆ ਅਸੀਂ ਜੀ, ਸੋਹਣੇ ਲੱਗਦੇ ਹਾਂ, ਪਰ ਉਸ ਨੂੰ ਵੇਖਣ ਵਾਲਾ ਵੀ ਚਾਹੀਦਾ ਨਾ ਅੱਗੋਂ ਜੀ, ਵੀ ਖਾਲਸਾ ਪੂਰਾ ਹੈ ਕਿ ਅਧੂਰਾ ਹੈ ਜੀ ਜੀ। ਖਾਲਸਾ ਪੂਰਾ ਤਾਂ ਤਾਂ ਹੋ ਸਕਦਾ ਜੇ ਉਹਦੇ ਕੋਲ ਸ਼ਬਦ ਦੀ ਕਮਾਈ ਹੈ ਜੀ, ਉਹਨੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਿਆ ਹੋਇਆ, ਸ਼ਬਦ ਨੂੰ ਕਮਾਇਆ ਹੋਇਆ ਜੀ। ਜਦੋਂ ਅਸੀਂ ਗੱਲ ਕਰਦੇ ਹਾਂ ਖਾਲਸਾ ਜੀ ਆਹ ਤੁਸੀਂ ਦੱਸਿਓ ਸਾਨੂੰ ਪੰਕਤੀ, ਅਤੇ ਸਜਾਇਆ ਸੋਹਣਾ ਦਸਤਾਰਾ ਹੋਇਆ ਉੱਪਰ, ਸੋਹਣਾ ਦਮਾਲਾ ਸਜਾਇਆ ਹੋਇਆ, ਬਾਣਾ ਪਾਇਆ ਹੋਇਆ, ਗੁਰੂ ਕੀ ਬਖਸ਼ਿਸ਼ ਪਤਾ ਲੱਗਦੀ ਵੀ ਇਸ ਸਿੱਖ ਦੇ ਵਿੱਚ ਆ, ਅਤੇ ਜਦੋਂ ਪੁੱਛਿਆ ਜਾਂਦਾ ਤਾਂ ਕੁਛ ਵੀ ਨਹੀਂ, ਹੱਸਣ ਲੱਗ ਪੈਂਦਾ ਜੀ, ਮੈਨੂੰ ਤਾਂ ਇਹਦੇ ਬਾਰੇ ਪਤਾ ਨਹੀਂ ਜੀ ਜੀ। ਫਿਰ ਉੱਥੇ ਸਾਡਾ ਸਿਰ ਝੁੱਕ ਜਾਂਦਾ ਹੈ ਜੀ ਜੀ, ਉਸ ਜਗ੍ਹਾ 'ਤੇ ਸਾਡਾ ਸਿਰ ਝੁੱਕ ਜਾਂਦਾ ਹੈ। ਬਸ ਕੇਵਲ ਲੋੜ ਹੈ ਅਸੀਂ ਸ਼ਬਦ ਦੀ ਕਮਾਈ ਕਰੀਏ ਜੀ, ਸ਼ਬਦ ਨੂੰ ਹਿਰਦੇ ਵਿੱਚ ਵਸਾਈਏ, ਜੋ ਗੁਰੂ ਨੇ ਗੱਲ ਕਹੀ ਹੈ, ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਦੇ ਨਾਲ ਜੀ ਜੀ, ਉਹ ਗੁਰੂ ਦੀ ਗੱਲ ਮੰਨ ਲਈਏ ਅਤੇ ਸਤਿਗੁਰੂ ਜੀ ਬਖਸ਼ਿਸ਼ ਕਰ ਦੇਣਗੇ ਸਾਡੇ 'ਤੇ। ਸੋ ਦੇਸ਼ ਵਿਦੇਸ਼ ਦੇ ਦਰਸ਼ਕੋ, ਗੱਲਾਂ ਤਾਂ ਹੋਰ ਵੀ ਬੜੀਆਂ ਕਰਨ ਵਾਲੀਆਂ ਨੇ, ਪਰ ਸਮੇਂ ਦੀਆਂ ਘੜੀਆਂ ਕਿਸੇ ਦਾ ਇੰਤਜ਼ਾਰ ਨਹੀਂ ਕਰਦੀਆਂ। ਗੱਲ ਲਾਸਟ ਦੇ ਉੱਪਰ ਬੜੀ ਪਿਆਰੀ ਕਹੀ ਹੈ ਵੀਰ ਜੀ ਨੇ ਕਿ ਕਈ ਵਾਰੀ ਸੋਹਣਾ ਦਮਾਲਾ ਹੁੰਦਾ, ਅਸੀਂ ਸਤਿਕਾਰ ਕਰਦੇ ਹਾਂ ਉਹਨਾਂ ਵੀਰਾਂ ਦਾ, ਪਰ ਕਿੰਨਾ ਚੰਗਾ ਹੋਵੇ ਜੇ ਕੋਈ ਗੈਰ ਧਰਮ ਦਾ ਬੰਦਾ ਹੀ ਗੁਰਬਾਣੀ ਬਾਰੇ, ਸਿੱਖ ਇਤਿਹਾਸ ਬਾਰੇ ਪੁੱਛੇ ਅਤੇ ਸਾਡੇ ਬੱਚੇ ਉਹਦਾ ਜਵਾਬ ਬੜੇ ਸੋਹਣੇ ਅਤੇ ਢੁੱਕਵੇਂ ਸ਼ਬਦਾਂ ਦੇ ਵਿੱਚ ਦੇਣ, ਅਤੇ ਉਹਦਾ ਪ੍ਰਭਾਵ ਬਿਲਕੁਲ ਆਪਣਾ ਹੋਵੇਗਾ। ਪਰ ਅੱਜ ਕਈ ਵਾਰੀ ਬਾਣਾ ਬੜਾ ਸੋਹਣਾ ਪਾਇਆ ਹੁੰਦਾ, ਬਹੁਤ ਸੋਹਣਾ ਦਮਾਲਾ ਹੁੰਦਾ, ਬੜੀ ਪ੍ਰਸੰਨਤਾ ਹੁੰਦੀ ਹੈ, ਕਿਉਂਕਿ ਜਦੋਂ ਸਿੱਖੀ ਦੀ ਬਗੀਚੀ ਵਿੱਚ ਖਿੜੇ ਹੋਏ ਫੁੱਲ ਵੇਖੀਦੇ ਨੇ ਅਤੇ ਕਿਤੇ ਨਾ ਕਿਤੇ ਅੰਦਰ ਖੇੜੇ ਵਿੱਚ ਆ ਜਾਂਦਾ। ਪਰ ਜਦੋਂ ਗੁਰਬਾਣੀ ਦੀ ਤੁੱਕ ਪੜੀ ਦੀ ਹੈ ਅਤੇ ਕਈ ਇੱਥੋਂ ਵੀ ਅਗਲਾ ਸਵਾਲ ਕਰਦੇ ਨੇ ਕਿ ਤੁਸੀਂ ਇਹ ਜਿਹੜਾ ਪੁੱਛ ਰਹੇ ਹੋ ਗੁਰਬਾਣੀ ਵਿੱਚ ਲਿਖਿਆ, ਅਤੇ ਬੜੇ ਹੈਰਾਨ ਹੋ ਜਾਈਦਾ ਕਿ ਇਹਨੂੰ ਇਹ ਵੀ ਨਹੀਂ ਅਜੇ ਤੱਕ ਪਤਾ ਵੀ ਜਿਹੜੀ ਤੁੱਕ ਪੁੱਛੀ ਗਈ ਹੈ ਕਿ ਇਹ ਗੁਰਬਾਣੀ ਦੀ ਹੈ ਕਿ ਕਿਤੋਂ ਹੋਰ ਦੀ ਹੈ, ਬੜੇ ਹੈਰਾਨ ਹੋ ਜਾਈਦਾ। ਕਿੰਨਾ ਚੰਗਾ ਹੋਵੇ ਅੱਜ ਅਸੀਂ ਇੱਕ ਪ੍ਰਣ ਕਰੀਏ ਵਿਸਾਖੀ ਵਾਲੇ ਦਿਨ ਕਿ ਖੰਡੇ ਬਾਟੇ ਦੀ ਪਹੁੜ ਲਈਏ, ਪੰਜ ਕਕਾਰੀ ਵਰਦੀ ਪਾਈਏ,
ਪੰਜਾਂ ਪਿਆਰਿਆਂ ਦੇ ਕੋਲੋਂ ਇਹ ਜਿਹੜੀ ਦਾਤ ਸਾਨੂੰ ਪ੍ਰਾਪਤ ਹੋਣੀ ਹੈ। ਇੱਕ ਪ੍ਰਣ ਕਰੀਏ ਕਿ ਇਸ ਅੰਮ੍ਰਿਤ ਦੀ ਦਾਤ ਦੇ ਸਦਕਾ ਮੈਂ ਅੰਮ੍ਰਿਤਮਈ ਬਾਣੀ ਦੇ ਮੁਤਾਬਕ ਆਪਣਾ ਜੀਵਨ ਜੀਉ ਸਕਾਂ ਅਤੇ ਮੈਂ ਵੀ ਆਪਣਾ ਸੀਸ ਆਪਣੇ ਗੁਰੂ ਨੂੰ ਭੇਂਟ ਕਰਦੇ ਹਾਂ, ਸਮਰਪਿਤ ਕਰਦੇ ਹਾਂ, ਡੈਡੀਕੇਟ ਹੋ ਜਾਵਾਂ ਆਪਣੇ ਗੁਰੂ ਨੂੰ। ਕਿੰਨਾ ਚੰਗਾ ਹੋਵੇ ਜੇ ਇਹ ਸੋਚ ਸਾਡੇ ਅੰਦਰ ਹੋਵੇ। ਤਾਂ ਆਓ ਅਸੀਂ ਸਰਦਾਰ ਕਰਮਜੀਤ ਸਿੰਘ ਨਿਮਾਣਾ ਜੀ ਦੀਆਂ ਗੱਲਾਂ ਤੋਂ ਕਾਫ਼ੀ ਲਾਹਾ ਲਿਆ। ਸੋ ਭਾਈ ਸਾਹਿਬ ਜੀ, ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਸਤਿਗੁਰੂ ਜੀ ਦੇ ਖੁਸ਼ੀਆਂ ਲੈਣ ਵਾਸਤੇ ਜਾਂਦੇ ਜਾਂਦੇ ਤਾਂ ਮੈਂ ਇਹੀ ਗੱਲ ਕਹਾਂਗਾ ਕਿ ਸਤਿਗੁਰੂ ਜੀ ਦੀ ਅੰਮ੍ਰਿਤ ਦੀ ਦਾਤ ਲਓ, ਗੁਰੂ ਕੇ ਸਿੱਖ ਬਣੋ। ਜਦੋਂ ਗੁਰੂ ਕੇ ਸਿੱਖ ਬਣ ਜਾਓਗੇ, ਗੁਰੂ ਸਾਹਿਬ ਜੀ ਬਖਸ਼ਿਸ਼ ਕਰ ਦੇਣਗੇ ਤੁਹਾਡੇ 'ਤੇ, ਸਾਡੇ 'ਤੇ, ਸਾਰਿਆਂ ਨੂੰ ਇਹ ਸੰਦੇਸ਼ਾ ਮਿਲੇਗਾ ਕਿ ਗੁਰੂ ਸਾਹਿਬ ਜੀ ਬਖਸ਼ਿਸ਼ ਕਰਨ ਤੁਹਾਡੇ 'ਤੇ ਵੀ, ਸਾਡੇ 'ਤੇ ਵੀ, ਅਤੇ ਅਸੀਂ ਇਹ ਲਾਹਾ ਅੰਮ੍ਰਿਤ ਦੀ ਦਾਤ ਲੈ ਕੇ ਪ੍ਰਾਪਤ ਕਰੀਏ ਅਤੇ ਗੁਰੂ ਵਾਲੇ ਬਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਰਦਾਰ ਕਰਮਜੀਤ ਸਿੰਘ ਨਿਮਾਣਾ ਜੀ, ਤੁਹਾਡੀਆਂ ਗੱਲਾਂ ਤੋਂ ਅਸੀਂ ਅਤੇ ਸਾਡੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੇ ਰੱਜ ਕੇ ਲਾਹਾ ਲਿਆ। ਸੋ ਦਰਸ਼ਕੋ, ਸਮੇਂ ਦੀਆਂ ਘੜੀਆਂ ਇੰਤਜ਼ਾਰ ਨਹੀਂ ਕਰਦੀਆਂ, ਅਗਲੇ ਹਫ਼ਤੇ ਕਿਸੇ ਨਵੀਂ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗਾ। ਤਦ ਤੱਕ ਲਈ ਆਪਣੇ ਸੇਵਕ ਹਰਪ੍ਰੀਤ ਸਿੰਘ ਮੁੱਖ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।